ਸੱਤਵਾ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਬਠਿੰਡਾ ਦੀ ਪੁਲਿਸ ਲੈਣ ਵਿਖੇ ਮਨਾਇਆ ਗਿਆ ਸ਼ਹੀਦੀ ਦਿਹਾੜਾ, ਜਿਸ ਵਿੱਚ ਪਹਿਲਾਂ ਇਹਨਾਂ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ ਅਤੇ ਉਸ ਤੋਂ ਬਾਅਦ ਬਠਿੰਡਾ ਦੇ ਆਈ ਜੀ ਜਸਕਰਨ ਸਿੰਘ ਵੱਲੋਂ ਇਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਉਹ ਸ਼ਹੀਦ ਨੇ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਜਾਨਾਂ ਵਾਰ ਦਿੱਤੀਆਂ। ਅੱਤਵਾਦ ਦੌਰਾਨ ਸ਼ਹੀਦ ਹੋ ਗਏ ਪੁਲਿਸ ਮੁਲਾਜ਼ਮਾਂ, CRPF ਜਾਂ ਹੋਰ ਵੱਖ ਵੱਖ ਮਹਿਕਮਿਆਂ ਦੇ ਵਿੱਚ ਜੋ ਸ਼ਹੀਦ ਹੋਏ ਸਨ, ਉਹਨਾਂ ਨੂੰ ਅੱਜ ਇੱਥੇ ਬਠਿੰਡਾ ਦੀ ਪੁਲਿਸ ਲੈਣ ਵਿਖੇ ਇੱਕ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ਦੇ ਵਿੱਚ ਇਸ ਮੌਕੇ ਪਹਿਲਾਂ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ ਅਤੇ ਉਸ ਤੋਂ ਵੱਲ ਵੱਖ ਵੱਖ ਅਫਸਰਾਂ ਵੱਲੋਂ ਜਿਵੇਂ ਬਠਿੰਡਾ ਦੇ IG, ਬਠਿੰਡਾ ਡਿਸਟ੍ਰਿਕਟ ਕੋਰਟ ਦੇ ਸੈਸ਼ਨ ਜੱਜ ਅਤੇ ਬਠਿੰਡਾ ਦੇ SSP, ਬਠਿੰਡਾ ਦੇ DSP ਸਾਰਿਆਂ ਵੱਲੋਂ ਇਹਨਾਂ ਸ਼ਹੀਦਾਂ ਨੂੰ ਨਮਨ ਭੇਟ ਕੀਤਾ ਗਿਆ, ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਅਤੇ ਵਿੱਚ ਇਸ ਦੇ ਵਿੱਚ ਕੁਝ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਵੀ ਆਏ ਹੋਏ ਸਨ, ਜਿਸ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੋਹਲ, KK ਅਗਰਵਾਲ, ਬਠਿੰਡਾ ਨਗਰ ਨਿਗਮ ਦੀ ਮੇਅਰ ਮੈਡਮ ਰਮਨ ਗੋਇਲ, ਪਵਨ ਮਾਨੀ, ਡਿਪਟੀ ਮੇਅਰ ਅਸ਼ੋਕ ਕੁਮਾਰ, ਇਹਨਾਂ ਵੱਲੋਂ ਵੀ ਇਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀ ਪੁਲਿਸ ਲੈਣ ਦੀਆਂ, ਜਿੱਥੇ ਇਹਨਾਂ ਸ਼ਹੀਦਾਂ ਦੀ ਸਮਾਰਕ ਦੇ ਉੱਤੇ ਅੱਜ ਪਹਿਲਾਂ IG ਜਸਕਰਨ ਸਿੰਘ ਵੱਲੋਂ ਤੁਸੀਂ ਦੇਖ ਰਹੇ ਹੋ ਕਿ ਨਮਨ ਕੀਤਾ ਜਾ ਰਿਹਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ। ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ, ਬਠਿੰਡਾ ਦੇ SSP ਅਜੇ ਮਲੂਜਾ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ, ਅਤੇ ਉਸ ਤੋਂ ਬਾਅਦ ਬਾਬੂ ਚਰਨਜੀਤ ਰਾਲ ਗਰਗ ਜੋ ਸਾਬਕਾ ਮੰਤਰੀ ਨੇ, ਉਹਨਾਂ ਵੱਲੋਂ ਵੀ ਇੱਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ, ਅਤੇ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਵੱਲੋਂ ਵੀ ਇੱਥੇ ਸ਼ਰਧਾ ਦੇ ਫੁੱਲ ਇਹਨਾਂ ਸ਼ਹੀਦਾਂ ਨੂੰ ਭੇਟ ਕੀਤੇ ਜਾ ਰਹੇ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ, ਅਤੇ ਇਸੇ ਤਰ੍ਹਾਂ ਹੀ ਜੋ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੋਹਲ ਨੇ, ਉਹਨਾਂ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ। ਅਤੇ ਉਸ ਤੋਂ ਬਾਅਦ ਇੱਥੇ ਜੋ ਸੀਨੀਅਰ ਕਾਂਗਰਸੀ ਆਗੂ ਨੇ ਪਵਨ ਮਾਨੀ, ਉਹਨਾਂ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਇੱਥੇ ਸ਼ਰਧਾ ਦੇ ਫੁੱਲ ਇਹਨਾਂ ਸ਼ਹੀਦਾਂ ਨੂੰ ਭੇਟ ਕੀਤੇ ਜਾ ਰਹੇ ਆ। ਅਤੇ ਉਸ ਤੋਂ ਬਾਅਦ ਬਹੁਤ ਸਾਰੇ ਜੋ ਪੁਲਿਸ ਦੇ ਜਵਾਨ ਸਨ, ਪੁਲਿਸ ਦੇ DSP ਸਨ, ਉਹਨਾਂ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ। ਇੱਥੇ ਇਹ ਤੁਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਪੁਲਿਸ ਲੈਣ ਦੀਆਂ ਤਸਵੀਰਾਂ, ਜਿੱਥੇ ਸ਼ਹੀਦੀ ਸਮਾਰਕ ਬਣਿਆ ਹੋਇਆ, ਇੱਕ ਲਾਟ ਬਣੀ ਹੋਈ ਜਿੱਥੇ ਇਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ। ਉਸ ਤੋਂ ਬਾਅਦ ਜੋ ਇੱਥੇ ਸ਼ਹੀਦਾਂ ਦੇ ਪਰਿਵਾਰ ਆਏ ਸਨ, ਉਹਨਾਂ ਨੂੰ ਬਠਿੰਡਾ ਪੁਲਿਸ ਵੱਲੋਂ ਸਨਮਾਨਿਤ ਕੀਤਾ ਗਿਆ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਵੀ ਕੀਤਾ ਗਿਆ। ਬਠਿੰਡਾ ਦੇ IG, DC, SSP ਇਹਨਾਂ ਵੱਲੋਂ ਸਨਮਾਨਿਤ ਕਰ ਰਹੇ ਨੇ, ਭਾਵੇਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਲੇਕਿਨ ਇਹਨਾਂ ਦੇ ਵਿੱਚ ਕੁਛ ਨਾ ਕੁਛ ਸ਼ਿਕਵੇ ਨੇ, ਭਾਵੇਂ IG ਵੱਲੋਂ ਇੱਕ ਲੋਕ ਅਦਾਲਤ ਦੀ ਤਰ੍ਹਾਂ ਇੱਕ ਇਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ, ਲੇਕਿਨ ਇਹਨਾਂ ਦਾ ਕਹਿਣਾ ਕਿ ਸਾਡੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਸ਼ਹੀਦਾਂ ਦਾ ਸਨਮਾਨ ਤਾਂ ਦਿੱਤਾ ਜਾ ਰਿਹਾ ਲੇਕਿਨ ਸਾਨੂੰ ਨੌਕਰੀਆਂ ਜਾਂ ਸਾਡੇ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਇਸ ਨੂੰ ਲੈ ਕੇ ਕੁਝ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਉਸ ਟਾਈਮ ਇਹ ਦੇਖੇ ਗਏ। ਇਹਨਾਂ ਨੇ ਕਿਹਾ ਕਿ ਸਮਾਗਮ ਕੀਤਾ ਜਾਂਦਾ ਲੇਕਿਨ ਸਾਨੂੰ ਸਿਰਫ ਇੱਥੇ ਸਮਾਗਮ ਦੇ ਵਿੱਚ ਬੁਲਾ ਕੇ ਸਿਰਫ ਸਨਮਾਨ ਦਿੱਤਾ ਜਾਂਦਾ, ਸਨਮਾਨ ਕੀਤਾ ਜਾਂਦਾ, ਲੇਕਿਨ ਸਾਡੇ ਬੱਚਿਆਂ ਨੂੰ ਜੋ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਸੀ ਉਹ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀ ਪੁਲਿਸ ਲੈਣ ਦੀਆਂ, ਜਿੱਥੇ ਬਠਿੰਡਾ ਦੇ IG ਵੱਲੋਂ ਇਹਨਾਂ ਲੋਕੀ ਵਿਜੇਪਾਲ ਸਿੰਘ ਹੈ ਨਾਮ, ਦਾਦਾ ਜੀ ਸੀਗੇ ਮੇਰੇ ਪੰਜਾਬ ਪੁਲਿਸ 'ਚ, 1990 'ਚ ਉਹਨਾਂ ਦੀ ਮਤਲਬ ਸ਼ਹੀਦੀ ਹੋਈ ਸੀਗੀ ਅੱਤਵਾਦੀਆਂ ਕੇਸ 'ਚ, ਅਤੇ ਉਹਨਾਂ ਨੇ ਮਤਲਬ ਫਿਰ ਚਾਚਾ ਜੀ ਨੇ ਨੌਕਰੀ ਮਿਲੀ ਸੀਗੀ ਅਤੇ ਬਲੱਡ ਰਿਲੇਸ਼ਨ 'ਚ ਕਹਿੰਦੇ ਸੀਗੇ ਮੈਨੂੰ ਨੌਕਰੀ ਦੇਣ, ਮਾਤਾ ਜੀ ਮੇਰੇ ਬਿਮਾਰ ਰਹਿੰਦੇ, 16 ਸਾਲ ਹੋ ਗਏ ਉਹਨਾਂ ਲੀਵਰ ਡੈਮੇਜ ਆ ਅਤੇ ਡੈਡੀ ਰੇਹੜੀ ਚਲਾਉਂਦੇ ਗੇ, ਤਾਂ ਕਰਕੇ ਫਿਰ ਉਹਨਾਂ ਨੇ ਕਿਹਾ ਸੀ ਵੀ ਬਲੱਡ ਰਿਲੇਸ਼ਨ 'ਚ ਨੌਕਰੀ ਦੇਵਾਂਗੇ। ਉਸ ਤੋਂ ਬਾਅਦ ਪੇਸ਼ ਹੋਏ ਸੀਗੇ, ਉਸ ਤੋਂ ਬਾਅਦ ਹੁਣ ਕਹਿੰਦੇ ਹੈਗੇ ਲਿਖਾ ਤਾਂ ਲਿਆ ਨਾਮ ਵਗੈਰਾ ਉਹਨਾਂ ਨੇ, ਬਾਕੀ ਪਹਿਲੇ 3-4 ਸਾਲ ਹੋ ਗਏ ਰੋਏ ਬਈ, ਹਰ ਵਾਰੀ ਪੇਸ਼ ਹੁੰਦੇ ਆ ਵੀ ਕੁਛ ਮੌਕਾ ਨਹੀਂ ਹੁੰਦਾ, ਮਤਲਬ ਕੋਈ ਸੁਣਵਾਈ ਹੁੰਦੀ ਨਹੀਂ, ਹਰ ਸਾਲ ਪੇਸ਼ ਹੁੰਦੇ ਆ। ਪਿਛਲੇ ਸਾਲ ਜਲੰਧਰ ਵੀ ਗਏ ਸੀਗੇ, ਉੱਥੇ ਬੁਲਾਇਆ ਸੀ ਇਹਨਾਂ ਨੇ, ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਹਜੇ ਕੀ ਵਿਸ਼ਵਾਸ ਦਿੱਤਾ ਸਰ? ਹੁਣ ਕਹਿੰਦੇ ਵੀ ਹਜੇ ਸੈਂਟਰ ਦੇ ਟ੍ਰਾਇਲ ਦਿੱਤੇ, ਜਿਹੜੇ ਪੇਪਰ ਭਰਿਆ ਸੀਗਾ ਹਜੇ, ਜਿਹੜੇ ਪੰਜਾਬ ਪੁਲਿਸ ਦੇ ਪੇਪਰ ਸੀਗੇ, ਫਿਰ ਉਹ ਕਹਿੰਦੇ ਹਜੇ ਮਤਲਬ ਨਾਮ ਨੂੰ ਲਿਖ ਲਿਆ, ਉਹਨਾਂ ਨੇ ਕਹਿੰਦੇ ਗੱਲਬਾਤ ਕਰਾਂਗੇ ਬਾਅਦ 'ਚ। ਪਰਮਜੀਤ ਕੌਰ ਜੀ, ਪਿੰਡ ਜਾਉਂਦਾ ਜੀ। ਕੀ ਗੱਲ ਹੋਈ ਸੀ ਤੁਹਾਡਾ, ਕੌਣ ਸ਼ਹੀਦ ਹੋਇਆ ਸੀਗਾ ਜੀ? ਮੇਰਾ ਪਰਿਵਾਰ ਅੱਤਵਾਦੀ ਪੀੜਤ, ਮੇਰਾ ਪਤੀ ਮਾਰਤਾ ਸੀ 12-4-92 'ਚ ਮਾਰਤਾ ਸੀ। ਆਏ ਸਾਲ ਹੋਣਾ, ਕੀ ਸਮੱਸਿਆ ਸੁਣੀ? ਸਾਨੂੰ ਸਮੱਸਿਆ ਜੀ, ਮੇਰੀ ਗੁੱਡੀ ਬੋਲਦੀ ਨਹੀਂ, ਸੁਣਦੀ ਨਹੀਂ, ਇੱਕੋ ਇੱਕ ਸਹਾਰਾ ਇਹ ਹੈ। ਭਾਣਜਨ ਨੌਕਰੀ 'ਤੇ ਲਾਇਆ ਸੀ, 2 ਸਾਲ ਹੋ ਗਏ ਜੀ, ਉਹ ਘਰ ਬੈਠਾ ਹੈਗਾ, ਸਾਡੇ ਕੋਲ ਕੋਈ ਆਮਦਨ ਨਹੀਂ, ਮੈਂ ਕਾਂਸਲ ਦਾ ਮਰੀਜ਼ ਹਾਂ, ਮੇਰੀ ਕੋਈ ਸੁਣਦਾ
कुछ नहीं होंगे, मेरा भाई भी मर गया, मैं चार मार के साथ कोई सुनवाई नहीं होती किसी पास। कितने साल हो गए तुम उठे? सानू 30 साल ही हो गए जी, 92 च। किस साल में कोई सुनवाई नहीं हुई? कोई नहीं हुई, अभी प्रेशर भी नहीं लगी मेरे 5000 रुपए सुनवाई नहीं की गुजारा हो मेरा। की विश्वास है भाई सुन, कहने भी कर दे जी, आए बारी कर देंगे। कोई बेटी बारे कुछ कहा उन्होंने भी? हाँ जी कहने कर देंगे, करा तो अजे तक कहीं नहीं भी, 30 साल हो गए जब प्रेशर नहीं, पहले ही नहीं लगी। किन्नी पड़ी है? पता खर्च 10,000 प्लस पड़ी है जी। देखभाल करने वाला सौरा भी मर गया, सस भी मर गई, भाई तो सारा सो भी मर गया, इस वक्त कोई नहीं। 21 अक्टूबर सारे देश भर कमेमोरेशन डे मनाया जाता है, असी अपने शहीदों नू याद करते हैं। अज के दिन यह दिन 1959 दे विच 21 अक्टूबर नू हॉट स्प्रिंग चाइना दे बॉर्डर ते साढ़े उदी बॉर्डर की सुरक्षा करते हुए साढ़े जिहड़े सी ओह शहीद होए सी उन्हां दी याद दे विच हर साल 21 अक्टूबर नू एक कमेमोरेशन डे मनाया जाता है, जिहदे विच असी अपने शहीदों नू याद करते हैं। उन्होंने सारे शहीदों के नाम पढ़े जाते हैं जिहड़े कि पिछले साल के शहीद होए ने, देश की अखंडता देश की सिक्योरिटी वास्ते अपन जान कुरबान करते हैं। अज भी असी वो सारे ही देश भर तो जिन्हें भी स्टेट फोर्सेस के मुलाजम या जिहड़े पैरामिलिट्री के जिन्हां मुलाजम ऑफिसर्स ने अपन जान कुरबान कीतियां उन्होंने शहादत को असी फुल नमित किया है और तो श्रद्धा के फुल भेंट किए हैं। सो इस मौके पर एक शो परेड होंदी है, वो सारे ने असी अटेंड की है और सारे ही जिहड़े देश के भर शहीद है उन्होंने याद किया है और साढ़े जिहड़े इस अतवा के दौरान भी जिहड़े शहीद होए ने उन्होंने परिवारों को भी असी बुलाया, उन्होंने भी सम्मानित किया, उन्होंने शहादत को एक बार फिर असी याद करदे होया उन्होंने परिवारों अपना उन्होंने घाटा तो नहीं पूरा कर सकते हैं पर उन्होंने जो इस मौके दुख तकलीफा सुनते हैं और उन्होंने जो भी असी उस टाइम के कोई छोटी मोटी जो भी प्रॉब्लम्स ने उन्होंने सुनते हैं देखते हैं करते हैं। ये मौका जोड़ा हों बहुत ही शोक भरिया हों और इतों सारे ही जोड़े साढ़े मुलाजम ने वो एक प्रेरणा लेंदे ने कि असी भी डट के किसी भी चुनौती जिहड़ी कि देश भर दे विच या स्टेट दे विच कोई भी किसी किस्म का भी जिहड़ा आंदा उन्हूं असी डट के मुकाबला करन दा एक प्रण लैंदे आ। सो ये सारे ही मुलाजमान ने अज दे दौर ते श्रद्धा दे फुल भी भेंट कीते ने उते वो देश दी अखंडता सिक्योरिटी वास्ते एक प्रण भी लिया है। जे तुसीं चाहुंदे हो कि हर तरह की खबर तुहाडे तक पहुंचे तो तुसीं मेरे चैनल नूं सबसक्राइब करो अते घंटी नूं ऑल ते करो।